इधर चंडीगढ़ स्थित टैगोर थिएटर में पंजाब सरकार की तरफ से सेहत विभाग में विभिन्न पदों के लिए चयनित 586 नवनियुक्त युवाओं को नियुक्ति पत्र सौंपे गए। इस नियुक्ति पत्र वितरण समारोह के दौरान पंजाब के स्वास्थ्य मंत्री डॉक्टर बलवीर सिंह ने चुने गए सभी युवाओं को मुबारकबाद दी और प्रोत्साहित करते हुए कहा है कि एक ऐसा विभाग है जहां पर सबसे धैर्य रखकर काम करने की आवश्यकता है। कोई भी व्यक्ति खुशी से अस्पताल के चक्कर नहीं काटता, लोग वहां पर मजबूरी में जाते हैं। और उसके साथ ही स्वास्थ्य मंत्री ने कहा है कि आज हमने आप सभी को सेहत विभाग में अपनी सेवाएं प्रदान करने के लिए चुना है और आशा करते हैं कि आप सभी कर्तव्य निष्ठा और ईमानदारी के साथ काम करेंगे और पंजाब की जनता की सेवा करेंगे। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਰੁਜ਼ਗਾਰ ਸਿਹਤ ਸਿੱਖਿਆ ਰੁਜ਼ਗਾਰ 263 ਤੁਹਾਨੂੰ ਯਾਦ ਆ ਕਿ ਥੋੜ੍ਹੇ ਦਿਨ ਪਹਿਲਾਂ ਦਿੱਤੇ ਸੀ ਔਰ ਅੱਜ ਜਿਹੜੇ ਹੈਗੇ ਆ ਇਹ 586 ਨਿਯੁਕਤੀ ਪੱਤਰ ਹੈ ਜਿਹਦੇ ਵਿੱਚ ਜ਼ਿਆਦਾ ANM ਜਿਹਨੂੰ ਅਸੀਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ MPHW ਫੀਮੇਲ ਕਹਿੰਦੇ ਹਾਂ ਔਰ ਓਪਥੈਲਮਿਕ ਔਫਿਸਰ ਹੈ, ਲੈਬੋਰਟਰੀ ਟੈਕਨੀਸ਼ੀਅਨ ਹੈ ਔਰ ਵਾਰਡ ਅਟੈਂਡੈਂਟ ਹੈ। 586 ਨੂੰ ਅੱਜ ਦਿੱਤੇ ਆ ਜੀ, 450 ਸਾਡੇ ਹੋਰ ਆ, ਵੈਰੀਫਿਕੇਸ਼ਨ ਚੱਲਦੀ ਪਈ ਆ, ਉਹਨਾਂ ਨੂੰ ਵੀ ਜਲਦੀ ਦੇਵਾਂਗੇ। ਇਸੇ ਤਰ੍ਹਾਂ ਡਾਕਟਰ ਦੀ ਭਰਤੀ ਹੋ ਰਹੀ ਹੈ ਜੀ, ਸਟਾਫ ਨਰਸਿਸ ਦੀ ਭਰਤੀ ਹੋ ਰਹੀ ਹੈ ਔਰ ਜਿਹੜੇ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਦਿੱਤੇ ਆ, ਮੇਲ ਵਾਲੇ ਜਿਹੜੇ ਹੈਗੇ ਆ ਉਹ ਉਹਨਾਂ ਦੀ ਵੀ ਡਿਮਾਂਡ ਹੈ, ਉਹਨਾਂ ਦੀ ਵੀ ਬਹੁਤ ਜਲਦੀ ਭਰਤੀ ਕਰਾਂਗੇ। ਸੋ ਮੈਂ ਜਿੰਨੇ ਵੀ ਸਾਡੇ ਸਿਹਤ ਨਾਲ ਜਿੰਨੇ ਵੀ ਸਾਡੇ ਮਤਲਬ ਵਰਕਰ ਹੈਗੇ ਆ ਉਹਨਾਂ ਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਤੁਸੀਂ ਇਤਮਿਨਾਨ ਰੱਖਣਾ, ਸਾਰਿਆਂ ਦੀ ਵਾਰੀ ਆਏਗੀ। ਮਾਨ ਸਰਕਾਰ ਦਾ ਜਿਹੜਾ ਇਹ ਮਿਸ਼ਨ ਹੈ ਇਹਦਾ ਜਿਸ ਤਰ੍ਹਾਂ ਉਹਨਾਂ ਨੇ ਟੇਲਾਂ ਤੱਕ ਪਾਣੀ ਪਹੁੰਚਾਇਆ, ਇਹ ਸੁਵਿਧਾ ਵੀ ਸਾਰਿਆਂ ਤੱਕ ਪਹੁੰਚਾਵਾਂਗੇ ਜੀ ਅਸੀਂ। ਮੇਰਾ ਨਾਮ ਅਮਨਦੀਪ ਕੌਰ ਹੈ, ਮੈਂ ਡਿਸਟ੍ਰਿਕਟ ਤਰਨ ਤਾਰਨ ਤੋਂ ਰਹਿਣ ਵਾਲੀ ਹਾਂ। ਸਰ, ਮੈਨੂੰ 16 ਸਾਲ ਹੋ ਗਏ ਹੈਲਥ ਡਿਪਾਰਟਮੈਂਟ ਦੇ ਵਿੱਚ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਦੇ ਤੌਰ 'ਤੇ ਮੈਂ ਕੰਮ ਕਰਦੀ ਪਈ ਸੀ। 16 ਸਾਲ ਹੋ ਗਏ ਸਾਨੂੰ NRHM ਦੇ ਵਿੱਚ ਜੋਬ ਕਰਦੇ ਹਾਂ, ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ, ਅਸੀਂ ਪੱਕੇ ਨਹੀਂ ਹੋ ਸਕੇ। ਫਿਰ ਜਦੋਂ ਮਾਨ ਸਰਕਾਰ ਆਈ ਹੈਗੀ, ਮਾਨ ਸਾਹਿਬ ਦੀ ਸਰਕਾਰ, ਉਹਨਾਂ ਨੇ ਜਿਹੜਾ ਰੈਗੂਲਰ ਭਰਤੀ ਜਿਹੜੀ ਹੈ ਉਹ ਕੱਢੀ, ਜਿਹਦੇ ਵਿੱਚ ਕਿ ਮੈਂ ਟੈਸਟ ਜਿਹੜਾ ਉਹ ਦਿੱਤਾ ਅਤੇ ਮੇਰਾ ਟੈਸਟ ਕਲੀਅਰ ਹੋ ਗਿਆ ਅਤੇ ਅੱਜ ਮੈਨੂੰ ਜਿਹੜਾ ਆ ਨਿਯੁਕਤੀ ਪੱਤਰ ਦਿੱਤਾ ਗਿਆ ਹੈ। ਹਾਂਜੀ ਸਰ ਜੀ, ਸਰ ਮੈਂ 16 ਸਾਲ ਹੋ ਗਏ ਮੈਨੂੰ ਇਸ ਡਿਪਾਰਟਮੈਂਟ ਵਿੱਚ। ਹਾਂਜੀ, ਇੱਕ ਪ੍ਰਾਈਵੇਟ ਹੀ ਕਹਿ ਲਓ ਕਿ NRHM ਦੇ ਵਿੱਚ ਹੈਗੀ ਤਾਂ ਸਰਕਾਰੀ ਨੌਕਰੀ ਸੀ, ਲੇਕਿਨ ਕੱਚੇ ਨੌਕਰੀ ਜਿਹਨੂੰ ਕੱਚੇ ਕਹਿ ਦਿੰਦੇ, ਕੱਚੇ ਮੁਲਾਜ਼ਮ ਵਾਲਾ ਜਿਹੜਾ ਧੱਬਾ ਸੀ ਨਾ, ਉਹ ਅੱਜ ਸਾਡੇ ਤੋਂ ਲੱਥਾ ਹੈ ਅਤੇ ਅੱਜ ਅਸੀਂ ਜਿਹੜਾ ਪੱਕੇ ਮੁਲਾਜ਼ਮ ਬਣੇ ਹਾਂ ਅਤੇ ਪੱਕੀ ਨੌਕਰੀ ਸਾਨੂੰ ਮਿਲੀ ਹੈ।